ਸਿੱਖਾਂ 'ਚ ਪੋਟੈਂਸ਼ੀਅਲ ਹੈਗਾ, ਆਰਮੀ 'ਚ ਰਹੇ ਆ ਸਿੱਖ, ਬੜੇ ਬੜੇ ਅਥਲੀਟ ਰਹੇ ਆ, ਵੇਟ ਲਿਫਟ ਰਹੇ, ਸਭ ਕੁਛ ਆ, ਬਟ ਨਾਓ ਦੇ ਆਰ ਡਿਵੈਲਪਿੰਗ ਨਾਓ, ਜਿਹੜੀ ਤੀਜੀ ਜਨਰੇਸ਼ਨ ਆ ਨਾ, ਥਰਡ ਜਨਰੇਸ਼ਨ ਇਨ ਦਿਸ ਕੰਟਰੀ, ਨਾਓ ਦੇ ਆਰ ਗੈਟਿੰਗ ਅਵੇਅਰਨੈਸ, ਯੂ ਨੋ, ਮੋਰ ਪੀਪਲ ਆਰ ਟੇਕਿੰਗ ਇੰਟਰਸਟ ਨਾਓ, ਯੂ ਨੋ, ਦੇ ਆਈ ਥਿੰਕ ਦੈਟ ਦੇ ਵਿਲ ਕਮ ਅਗੇਨ ਆਨ ਦਾ ਟੋਪ ਇਨ ਸਰਟਨ ਈਵੈਂਟਸ, ਯੂ ਨੋ। ਹੋਰ ਪੁੱਛਣਾ ਸਵਾਲ ਹੋਰ, ਸਾਡੇ ਕੋਈ ਔਰਗਨਾਈਜੇਸ਼ਨ ਵੀ ਹੈਗੀ ਜਿਹੜੀ ਸਿੱਖਾਂ ਦੀ ਰਨਿੰਗ ਵਸ ਲਈ ਆ? ਹਾਂ, ਇਹ ਦਵਿੰਦਰ ਸਿੰਘ ਮੈਂ ਜ਼ਰੂਰ ਕਹੂੰ, ਸਾਡੀ ਔਰਗਨਾਈਜੇਸ਼ਨ ਢਿੱਲੀ ਆ, ਵੀ ਆਰ ਨਾਟ ਵੈਰੀ ਵੈਲ ਔਰਗਨਾਈਜ਼, ਖਾਸ ਕਰ ਖੇਡਾਂ ਵਿੱਚ ਨਾ, ਸਪੋਰਟਸ ਦੇ ਵਿੱਚ ਢਿੱਲਾ ਕੰਮ, ਕਿਉਂਕਿ ਇਹਦੇ ਨਾਲ ਔਰਗਨਾਈਜੇਸ਼ਨ ਸਮਥਿੰਗ ਡਿਫਰੈਂਟ, ਰੇਸਾਂ ਭੱਜਣਾ ਹੋਰ ਗੱਲ ਆ, ਔਰਗਨਾਈਜੇਸ਼ਨ ਇਜ਼ ਸਮਥਿੰਗ ਐਲਸ, ਉਹਦੇ ਲਈ ਤੁਹਾਨੂੰ ਪੇਨ ਜ਼ਿਆਦਾ ਲੈਣੇ ਪੈਣੇ ਔਰਗਨਾਈਜ਼ ਕਰਨਾ, ਅਸੀਂ ਥੋੜ੍ਹੇ ਇਸ ਗੱਲੋਂ ਢਿੱਲੇ ਹਾਂ ਥੋੜ੍ਹੇ ਸਿੱਖਾਂ 'ਚ, ਪੇਸ ਅਤੇ ਉਹਦੇ ਨਾਲ ਤੁਸੀਂ ਜਿਹੜੇ ਜੰਗਰ ਜਨਰੇਸ਼ਨ ਹੈ ਇਹ ਬੱਚੇ ਜ਼ਿਆਦਾ ਔਰਗਨਾਈਜ਼। ਹਾਂ, ਹੋਰ ਹੁਣ ਹੋਰ ਤਾਂ ਸਿਰਫ ਇਹੀ ਕਹਿਣਾ ਚਾਹੁੰਦਾ ਕਿ ਬਹੁਤ ਵਧੀਆ ਕਿ ਹੁਣ ਨੈਕਸਟ ਜਨਰੇਸ਼ਨ ਨੂੰ ਤੁਹਾਡੇ ਵਰਗੇ ਰੋਲ ਮਾਡਲ ਮਿਲੇ ਹੋਏ ਆ, ਜਿਨ੍ਹਾਂ ਨੂੰ 30 ਸਾਲ ਹੋ ਗਏ ਦੌੜਦਿਆਂ ਨੂੰ, ਹੁਣ ਮੀਡੀਆ ਦੇ ਵਿੱਚ ਵੀ ਇੱਥੇ, ਹੁਣ ਆਪਾਂ ਕੈਨੇਡਾ ਆਏ ਹੋਏ ਆ, ਇੱਥੇ ਵੀ ਕਿੰਨੇ ਬੰਦੇ ਰਿਸਪੈਕਟ ਕਰਦੇ, ਮੈਗਜ਼ੀਨਾਂ 'ਚ ਫੋਟੋ ਆਈਆਂ, ਤਾਂ ਮੈਂ ਸ਼ੋਰ ਆ ਕਿ ਫਿਊਚਰ 'ਚ ਹੋਰ ਹੌਂਸਲਾ ਮਿਲੂਗਾ ਨੌਜਵਾਨਾਂ ਨੂੰ ਦੌੜਨ ਲਈ ਤੁਹਾਡੇ ਕਰਕੇ। ਵੈਰੀ ਨਾਈਸ, ਅਤੇ ਵੀ ਆਰ ਗਲੈਡ ਐਨੀ ਵੇ ਟੂ ਸੀ ਦੈਟ ਪੀਪਲ ਆਰ ਟੇਕਿੰਗ ਮੋਰ ਇੰਟਰਸਟ ਆਫ, ਮੈਨ ਵੀ ਸੀ ਦਾ ਯੰਗ ਪੀਪਲ ਵੀ ਫੀਲ ਪ੍ਰਾਊਡ ਆ ਦਾ ਕਿ ਸਾਡੀ ਸਿੱਖ ਕਮਿਊਨਿਟੀ ਦਾ ਨਾਂ ਹੋਵੇ, ਵੀ ਸ਼ੁਡ ਯੂ ਨੋ ਫਾਰ ਆਵਰ ਓਨ ਆਈਡੈਂਟੀਟੀ ਇਟ ਇਜ਼ ਅ ਗੁੱਡ ਥਿੰਗ, ਯੂ ਨੋ। ਹੋਰ ਪੁੱਛਣਾ? ਬਸ, ਥੈਂਕ ਯੂ, ਗੁੱਡ ਲੱਕ ਹੈ। ਵੈਰੀ ਨਾਈਸ, ਥੈਂਕ ਯੂ। ਕਿਦਾਂ ਯੂ ਸਟਾਰਟ ਲੈਕਚਰ, ਯੂ ਸਟਾਰਟ ਵੈਨ ਯੂ ਸਟਾਰਟ ਕੁਐਸਚਨਿੰਗ, ਯੂ ਨੋ, ਦੈਨ ਯੂ ਆਰ ਔਨ ਦਾ ਟਰੈਕ, ਯੂ ਨੋ, ਦੈਨ ਯੂ ਕੈਨ ਆਨਸਰ ਦਾ ਕੁਐਸਚਨ। ਹਾਂਜੀ, ਥੈਂਕ ਯੂ ਜੀ, ਨੋ ਪ੍ਰੋਬਲਮ।